ਅੱਜ ਚੋਣ ਪ੍ਰਚਾਰ ਦਾ ਤੇ ਚੋਣ ਮੁਹਿੰਮ ਦਾ ਅੱਜ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਬਠਿੰਡੇ ਵਿਚ ਖੁੱਲਿਆ। ਸਾਰੇ ਵਰਕਰਾਂ ਦੇ ਵਿਚ ਬਹੁਤ ਜੋਸ਼ ਹੈਗਾ, ਬਹੁਤ ਜਜ਼ਬਾ ਹੈਗਾ। ਭਾਵੇਂ ਦਫ਼ਤਰ ਅੱਜ ਖੁੱਲਿਆ, ਲੇਕਿਨ ਡੇਢ ਮਹੀਨੇ ਤੋਂ ਸਾਰੇ ਵਰਕਰ ਜ਼ਮੀਨ ਤੇ ਉਤਰੇ ਹੋਏ ਨੇ ਤੇ ਬਹੁਤ ਹੀ ਜੋਸ਼ ਦੇ ਨਾਲ, ਮਿਹਨਤ ਦੇ ਨਾਲ ਤੇ ਭਰਵਾ ਹੰਗਾਰਾ ਜਿਹੜੇ ਪਿੰਡ ਚ, ਜਿਹੜੇ ਸ਼ਹਿਰ ਚ ਜਾਈਏ, ਜਿਹੜਾ ਮੈਨੂੰ ਮਿਲ ਰਿਹਾ ਅੱਜ ਸਾਡੇ ਵਰਕਰਾਂ ਨੂੰ ਵੀ ਮਿਲ ਰਿਹਾ। ਕਿਉਂਕਿ ਪਿਛਲੇ 7 ਸਾਲਾਂ ਚ ਲੋਕਾਂ ਨੇ ਜਿੱਥੋਂ ਪੰਜਾਬ ਦੀ ਸਾਰੀ ਪਾਰਟੀ ਦੀ ਸਰਕਾਰਾਂ ਦੇਖ ਲਿੱਤੀਆਂ ਨੇ, 5 ਸਾਲ ਕਾਂਗਰਸ ਨੂੰ ਦਿੱਤਾ, ਅੱਜ ਉਹਨਾਂ ਦੀ ਭਾਈਵਾਲ ਪਾਰਟੀ 2.5 ਸਾਲ ਤੋਂ ਉਹਨਾਂ ਦਾ ਵੀ ਸਰਕਾਰ ਚੱਲ ਰਹੀ ਹੈ, ਲੇਕਿਨ 7.5 ਸਾਲਾਂ ਚ ਲੋਕਾਂ ਨੂੰ ਬਿਲਕੁਲ ਸਾਫ਼ ਹੋ ਗਿਆ ਕਿ ਦੋਵੇਂ ਕਾਂਗਰਸ ਤੇ ਆਮ ਆਦਮੀ, ਜਿਨ੍ਹਾਂ ਦਾ ਇੰਡੀਆ ਅਲਾਇੰਸ ਗੱਠਜੋੜ ਹੋਇਆ ਹੈਗਾ, ਸਾਰੇ ਦੇਸ਼ ਵਿਚ ਸਾਂਝੇ ਉਮੀਦਵਾਰ ਖੜੇ ਕਰ ਰਹੇ ਨੇ। ਸਾਡੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਚ ਵੀ ਇਹਨਾਂ ਨੇ ਸਾਂਝਾ ਉਮੀਦਵਾਰ ਉਤਾਰਿਆ ਹੈ, ਲੇਕਿਨ ਜਿਹੜਾ ਝੂਠ ਦੀ ਇਹਨਾਂ ਦੀ ਆਦਤ ਹੈ ਉਹ ਅਜੇ ਤਾਈਂ ਨਹੀਂ ਬਦਲੀ। ਸਾਰੇ ਦੇਸ਼ ਵਿਚ, ਰਾਜਧਾਨੀ ਵਿਚ ਇਕੱਠੇ ਕਹਿੰਦੇ ਪੰਜਾਬ ਚ ਵੱਖਾਂ, ਲੇਕਿਨ ਜਿੱਤ ਜਾਵਾਂਗੇ ਤਾਂ ਉਸ ਗੱਠਜੋੜ ਚ ਸ਼ਾਮਿਲ ਹੋ ਜਾਵਾਂਗੇ। ਸੋ ਲੋਕੀ ਭਾਵੇਂ ਇਹਨਾਂ ਦੀ ਘਰ ਘਰ ਨੌਕਰੀ ਦਾ ਝੂਠ, ਕਰਜ਼ਾ ਮਾਫੀ ਦਾ ਝੂਠ, 1000 ਰੁਪਏ ਦਾ ਝੂਠ, ਅੱਜ ਹਰ ਝੂਠ ਤੋਂ ਲੋਕੀ ਜਾਣੂ ਹੋ ਗਏ ਨੇ। ਤੇ ਜਿਹੜੇ ਕਾਨੂੰਨ ਵਿਵਸਥਾ ਦੀ ਹਾਲਾਤ ਨੇ ਤੇ ਸਿਖਰਾਂ ਤਾਈਂ ਨਸ਼ੇ, ਘਰ ਘਰ ਚ ਨਸ਼ੇ ਪਹੁੰਚ ਕੇ ਜਿਸ ਤਰ੍ਹਾਂ ਦੀ ਮੌਤਾਂ ਹੋ ਰਹੀਆਂ ਨੇ, ਅੱਜ ਜ਼ਮੀਨ ਚ ਉਤਰ ਕੇ ਦੇਖੀਏ, ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ, ਲੋਕਾਂ ਦੀ ਕੋਈ ਸੁਣਵਾਈ ਨਹੀਂ, ਡਿਵੈਲਪਮੈਂਟ ਨਾਮ ਦੀ ਤਾਂ ਚੀਜ਼ ਨਹੀਂ। ਜਦ ਤਨਖਾਹਾਂ ਦੇਣ ਵਾਸਤੇ ਸਰਕਾਰ ਕੋਲ ਪੈਸੇ ਨਹੀਂ ਰਹੇ, ਮੁੱਖ ਮੰਤਰੀ ਨੂੰ ਸੂਬੇ ਵਾਸਤੇ ਸਮਾਂ ਨਹੀਂ, ਤਾਂ ਅੱਜ ਪੰਜਾਬ ਦੇ ਜੋ ਹਾਲਾਤ ਪੈਦਾ ਹੋ ਗਏ ਨੇ, ਮੈਂ ਕਹਿੰਦੀ ਲੋਕੀ ਇਸ ਵਾਰੀ ਆਪਣੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਵਾਸਤੇ ਤਕੜੀ ਨੂੰ ਵੋਟ ਪਾਣਗੇ, ਤਾਂ ਕਿ ਉਹ ਦਿਨ ਵਾਪਸ ਆਣ ਜਿੱਥੇ ਵਿਕਾਸ, ਤਰੱਕੀ, ਅਮਨ, ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਸੋਚ ਦੇ ਨਾਲ ਸਰਕਾਰਾਂ ਚੱਲਦੀਆਂ ਸੀ। ਭਾਈ ਭਾਈ ਸਿੱਧੂ ਮੂਸੇਵਾਲ ਦੇ ਕਤਲ ਨੂੰ ਲੈ ਕੇ ਮੋਦੀ ਪੇਸ਼ ਕਰ ਦਿੱਤੇ ਗਏ ਆ, ਉਹਦੇ ਪਿਤਾ ਨੇ ਕਿਹਾ ਕਿ ਪਰਚਾ ਦਰਜ ਹੋਣਾ ਚਾਹੀਦਾ, ਹੁਣ ਸਰਕਾਰ ਕਰੇਗੀ। ਮੈਂ ਤਾਂ ਬਿਲਕੁਲ ਸਹਿਮਤ ਹਾਂ, ਅਸੀਂ ਤਾਂ ਪਹਿਲੇ ਹੀ ਗਵਰਨਰ ਨੂੰ ਜਾ ਕੇ ਕਿਹਾ ਸੀ ਪਤਾ ਦਰਜ ਹੋਣਾ ਚਾਹੀਦਾ ਹੈਗਾ, ਮੁੱਖ ਮੰਤਰੀ ਦੇ ਖਿਲਾਫ ਹੋਣਾ ਚਾਹੀਦਾ ਜਿਹਨੇ ਸਿਕਿਉਰਿਟੀ ਵਿਦਡਰਾਅ ਕੀਤੀ, ਜਿਹਨੇ ਆਪ ਦੇ ਸਰਕਾਰੀ ਹੈਂਡਲ ਤੋਂ ਇਹ ਜਨਤਕ ਕੀਤਾ ਕਿ ਮੈਂ ਸਿਕਿਉਰਿਟੀ ਵਿਦਡਰਾਅ ਕਰਤੀ ਹੈ, ਜਿਹਦਾ ਨਤੀਜਾ ਉਸ ਮੂਸੇਵਾਲ ਪਰਿਵਾਰ ਨੂੰ ਭੁਗਤਣਾ ਪਿਆ, ਤੇ ਉਹਨਾਂ ਦੇ ਸਲਾਹਕਾਰ ਸਾਰਿਆਂ ਦੇ ਉੱਤੇ ਹੋਣੀ ਚਾਹੀਦੀ ਹੈ। ਤੇ ਇਹਨਾਂ ਦੀ ਦੋਗਲੀ ਰਾਜਨੀਤੀ ਕਿ ਇੱਕ ਪਰਿਵਾਰ ਦਾ ਪੁੱਤ ਮਾਰਤਾ, ਪੰਜਾਬ ਦਾ ਇੱਕ ਹੀਰਾ ਮਾਰਤਾ, ਤੇ ਜਦ ਆਪਣੇ ਉੱਤੇ ਆਏ ਕਿ ਵੀ ਆਪਣੀ ਪਿਛਲੀ ਗਲੀ ਮੁੱਖ ਮੰਤਰੀ ਦੇ ਘਰ ਤੋਂ ਪਿੱਛੇ ਵਾਲੀ ਗਲੀ ਖੋਲ ਦਿੱਤੀ ਜਾਏ, ਤੇ ਕਹਿੰਦੇ ਇਹ ਮੁੱਖ ਮੰਤਰੀ ਤੇ ਜਾਨ ਨੂੰ ਖਤਰਾ ਹੋ ਸਕਦਾ ਹੈ। ਹੁਣ ਆਪ ਇਹਨਾਂ ਦਾ ਐਡਵੋਕੇਟ ਜਨਰਲ ਦੱਸ ਰਿਹਾ ਕਿ ਜਿਵੇਂ ਮੂਸੇਵਾਲਾ ਦਾ ਉਹਨਾਂ ਦਾ ਕਤਲ ਹੋਇਆ ਕਿਉਂਕਿ ਅਸੀਂ ਸਿਕਿਉਰਿਟੀ ਵਿਦਡਰਾਅ ਕੀਤੀ, ਤਾਂ ਸਰਕਾਰ ਖੁਦ ਮੰਨ ਗਈ ਹੈ, ਆਹੀ ਤਾਂ ਪੰਜਾਬ ਦੇ ਲੋਕੀ ਕਹਿ ਰਹੇ ਨੇ, ਆਹੀ ਤਾਂ ਪਰਿਵਾਰ ਕਹਿ ਰਿਹਾ ਹੈ, ਤੇ ਆਹੀ ਅਕਾਲੀ ਦਲ ਨੇ ਜਾ ਕੇ ਗਵਰਨਰ ਨੂੰ ਕਿਹਾ ਤਾਂ ਬਿਲਕੁਲ ਪਰਚਾ ਦਰਜ ਹੋਣਾ ਚਾਹੀਦਾ ਹੈ, ਇਸ ਮੁੱਖ ਮੰਤਰੀ ਦੇ ਖਿਲਾਫ ਹੋਣਾ ਚਾਹੀਦਾ ਹੈ, ਉਹਦੇ ਸਲਾਹਕਾਰ ਦੇ ਖਿਲਾਫ ਹੋਣਾ ਚਾਹੀਦਾ ਹੈ, ਤੇ ਜਿਹੜਾ ਉਹਨਾਂ ਨੂੰ ਇਨਸਾਫ ਦੇਣ ਲਈ ਜੋ ਕਦਮ ਚੱਕਣੇ ਚਾਹੀਦੇ ਨੇ, ਮੈਂ ਤਾਂ ਕਹਿੰਦੀ ਗਵਰਨਰ ਸਾਹਿਬ ਤੇ ਕੇਂਦਰ ਦੀ ਸਰਕਾਰ ਕਰੇ ਜਾਂ ਸੂਬੇ ਦੀ ਸਰਕਾਰ ਕਰੇ। ਇਹ ਤਾਂ ਇਹਨਾਂ ਦੋਵਾਂ ਸਰਕਾਰਾਂ ਦੀ ਹਕੀਕਤ ਸਾਹਮਣੇ ਆਉਂਦੀ ਹੈ ਕਿ ਜਿਹੜੇ ਬੰਦਿਆਂ ਨੇ 5 ਸਾਲ ਵਾਸਤੇ ਲੋਕਾਂ ਦੀ ਸੇਵਾ ਲਈ ਸਹੁੰ ਚੱਕੀ ਸੀ, ਸ਼ਪਥ ਚੱਕੀ ਸੀ, ਸੇਵਾ ਮੰਗੀ ਸੀ, ਅੱਜ ਉਹ ਸੇਵਾ ਤੋਂ ਭੱਜ ਰਹੇ ਨੇ, ਜ਼ਿਆਦਾਤਰ ਆਪਦੇ ਹਲਕੇ ਤੋਂ ਵੀ ਭੱਜ ਰਹੇ ਨੇ। ਹੁਣ ਮੇਰੇ ਖਿਲਾਫ਼ ਜਿਹੜਾ ਕਾਂਗਰਸ ਦਾ ਉਮੀਦਵਾਰ ਪਿਛਲੀ ਵਾਰੀ ਖੜਿਆ ਸੀ ਤੇ ਆਪਣੇ ਪੋਸਟਰ ਤੱਕ ਸਾਰੇ ਬਠਿੰਡੇ 'ਚ ਲਾ ਦਿੱਤੇ ਸੀ, ਪਰਿਵਾਰ ਉਹਦਾ ਘਰ ਘਰ ਘੁੰਮ ਰਿਹਾ ਸੀ, ਫਿਰ ਕੀ ਮਜਬੂਰੀ ਹੋਈ ਕਿ ਇਹਨੂੰ ਛੱਡ ਕੇ ਲੁਧਿਆਣਾ ਭੱਜਣਾ ਪਿਆ, ਕਿਉਂਕਿ ਆ ਪਤਾ ਸੀ ਕਿ ਜਦ ਬਠਿੰਡੇ ਵਿੱਚ ਆਊਗਾ, ਜਦ ਇਹਦਾ ਸਰਕਾਰ ਸੀ ਮੰਤਰੀ ਬਣਿਆ, ਮੁੜ ਕੇ ਸਾਰ ਨਹੀਂ ਲਿੱਤੀ, ਬਲਕਿ ਮੇਰੇ ਤਿੰਨੋਂ ਕੈਂਡੀਡੇਟਸ ਦਾ ਆਹੀ ਹਿਸਟਰੀ ਹੈ, ਭਾਵੇਂ ਕਾਂਗਰਸ ਦੇ ਤਿੰਨੋਂ ਕੈਂਡੀਡੇਟਸ ਜਿਹੜੇ ਆਏ ਵੱਡੇ ਵੱਡੇ ਅਹੁਦੇ 'ਚ ਐ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਉਹਨਾਂ ਦਾ ਮੁੰਡਾ ਸੀਗਾ,
ਉਹਦੇ ਬਾਅਦ ਵਿੱਤ ਮੰਤਰੀ ਸਾਹਿਬ ਕਾਂਗਰਸ ਦੇ ਆਏ, ਉਹਦੇ ਬਾਅਦ ਆ ਪ੍ਰਧਾਨ ਸਾਹਿਬ ਆਏ, ਲੇਕਿਨ ਮੁੜ ਕੇ ਬਠਿੰਡਾ ਹਲਕੇ ਦੀ ਕਿਸੇ ਪਿੰਡ 'ਚ ਜਾ ਕੇ ਸ਼ਕਲ ਤੱਕ ਨਹੀਂ ਦਿਖਾਈ। ਵਿਕਾਸ ਦਾ ਤਾਂ ਕੀ ਕੰਮ ਕਰਨਾ ਸੀ, ਜਿਹਦੇ ਕਰਕੇ ਇਹਨਾਂ ਨੂੰ ਭੱਜਣਾ ਪੈ ਰਿਹਾ ਆਪਦੇ MLA ਹਲਕੇ ਤੋਂ। ਤੇ ਜਿਹੜਾ ਇਹ ਆਮ ਆਦਮੀ ਕਹਿੰਦਾ ਸੀ ਅਸੀਂ ਤਾਂ ਆਮ ਬੰਦਿਆਂ ਨੂੰ ਟਿਕਟਾਂ ਦੇਵਾਂਗੇ, ਤੁਹਾਡੇ ਮੁੰਡਿਆਂ ਨੂੰ ਦੇਵਾਂਗੇ, ਪਕੌੜੇ ਵਾਲੇ, ਰਿਕਸ਼ੇ ਵਾਲੇ, ਰੇਹੜੀ ਵਾਲੇ ਨੂੰ, ਤੇ ਹੁਣ ਕੀ ਗੱਲ ਹੈ ਕਿ ਮੇਰੇ ਹਲਕੇ ਤੋਂ ਵੀ ਖਾਸ ਮੰਤਰੀ ਸਾਹਿਬ ਨੂੰ ਉਤਾਰਨਾ ਪਿਆ ਹੈਗਾ ਤੇ MLA ਸਾਹਿਬ ਨੂੰ ਉਤਾਰਨੇ। ਹੁਣ ਉਹਨਾਂ ਦੀ ਸਾਰੀ ਪਾਲਿਸੀਜ਼ ਕਿੱਥੇ ਗਈ? ਕੋਈ VIP ਸਿਕਿਉਰਿਟੀ ਨਹੀਂ ਚਾਹੀਦੀ, ਕੋਈ ਮਕਾਨ ਨਹੀਂ ਚਾਹੀਦਾ, ਕੋਈ ਘਰ ਨਹੀਂ ਚਾਹੀਦਾ ਆਮ ਬੰਦਿਆਂ ਨੂੰ। ਸਾਰੀ ਚੀਜ਼ਾਂ ਤੋਂ ਮੁਕੜ ਗਏ ਹੈ। ਯੂਟਰਨ ਤਾਂ ਕਦੇ ਦੇਖਿਆ ਨਹੀਂ ਜਿੰਨੀ ਛੇਤੀ ਇਹਨਾਂ ਪਾਰਟੀਆਂ ਦੀ। ਮੈਡਮ ਪਰਮਪਾਲ ਕੌਰ ਕਹਿ ਰਹੇ ਆ 15 ਸਾਲਾਂ ਚ ਮੌਤ ਹੋ ਗਈ ਬੀਜੇਪੀ ਦੇ ਖਿਲਾਫ, ਬਹੁਤ ਦੁਖਦਾਇਕ ਚੀਜ਼ ਹੈ ਕਿ ਆ ਬੀਜੇਪੀ ਅਜੇ ਵੀ ਆਪਣੇ ਹਰਕਤਾਂ ਤੋਂ ਬਾਜ ਨਹੀਂ ਆਉਂਦੀ। ਪਹਿਲੇ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਾਂਗਰਸ ਦੇ ਨਾਲ ਰਲ ਕੇ 750 ਕਿਸਾਨ ਸਾਡੇ ਦਿੱਲੀ ਦੇ ਬਾਰਡਰਾਂ ਤੇ ਸ਼ਹੀਦ ਕਰਾਤੇ। ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਘਰੋਂ ਬਾਹਰ ਨਿਕਲ ਕੇ ਬਤੌਰ ਮੁੱਖ ਮੰਤਰੀ ਦਿੱਲੀ ਨਹੀਂ ਗਿਆ ਪ੍ਰਧਾਨ ਮੰਤਰੀ ਨੂੰ ਕਹਿਣ ਵਾਸਤੇ ਮੇਰੇ ਕਿਸਾਨ ਰੋਜ਼ ਮਰ ਰਹੇ ਨੇ, ਇਹਨਾਂ ਦੀ ਸੁਣਵਾਈ ਕਰੋ। ਕਿਉਂ ਨਹੀਂ ਗਿਆ? ਕਿਉਂਕਿ ਸਾਫ਼ ਹੈ ਉਹਦੀ ਤਾਰਾਂ ਕਿੱਥੇ ਜੁੜੀਆਂ ਹੋਈਆਂ ਸੀ, ਅੱਜ ਉੱਥੇ ਬੈਠਿਆ ਹੋਇਆ। ਉਹਦੇ ਬਾਅਦ ਮੈਨੂੰ ਹੈਰਾਨੀ ਤੇ ਦੁੱਖ ਇਸ ਗੱਲ ਦਾ ਹੈ ਕਿ ਆਹ ਬਦਲਾਵ ਦੀ ਵੱਡੀ ਗੱਲਾਂ ਕਰਨ ਵਾਲੀ ਪਾਰਟੀ ਅੱਜ ਇਹ ਘੁਟਨੇ ਟੇਕੀ ਬੈਠੀ ਹੈ ਕੇਂਦਰ ਦੇ ਸਾਹਮਣੇ ਕਿ ਹੁਣ ਸਾਡੇ ਕਿਸਾਨ ਆਪਦੇ ਪੰਜਾਬ ਦੀ ਹਲਾ ਚ ਬੈਠ ਕੇ ਉਹੀ ਮੰਗਾਂ ਮਨਵਾਉਣ ਵਾਸਤੇ ਬੈਠੇ ਨੇ ਤੇ ਹਰਿਆਣੇ ਦੀ ਭਾਜਪਾ ਦੀ ਪੁਲਿਸ ਆ ਕੇ ਸਾਡੇ ਕਿਸਾਨਾਂ ਦੀ ਕਤਲ ਕਰ ਜਾਂਦੀ ਹੈ।